ਇਹ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਉੱਦਮ ਹੈ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਇਹ ਅਸੀਂ ਮੁਹਿੰਮ ਚਲਾਈ ਹੈ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵਾਅਦੇ ਕੀਤੇ ਸੀਗੇ ਕਿ ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਸਮਾਰਟਫੋਨ ਅਤੇ ਹੋਰ ਬਹੁਤ ਸਾਰੇ ਵਾਅਦੇ, ਹੁਣ ਵੀ ਰਾਹੁਲ ਗਾਂਧੀ ਵੱਲੋਂ 72,000 ਰੁਪਏ ਹਰ ਸਾਲ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ, ਅਸੀਂ ਉਹਨਾਂ ਦੀ ਪੋਲ ਖੋਲ੍ਹ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਘਰ ਘਰ ਪੋਸਟਰ ਲਾ ਰਹੇ ਹਾਂ, ਕਿਉਂਕਿ ਪਹਿਲਾਂ ਇਹ ਵਾਅਦੇ ਕਰਕੇ ਲੋਕਾਂ ਨਾਲ ਵਾਅਦਾ ਖਿਲਾਫੀ ਕਰ ਚੁੱਕੇ ਨੇ, ਪਰ ਹੁਣ ਇਹ ਵਾਅਦਾ ਖਿਲਾਫੀ ਨਹੀਂ ਚੱਲੇਗੀ ਕਿਉਂਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਗਰੂਕ ਹੋ ਚੁੱਕੇ ਨੇ, ਹਰ ਪਿੰਡ ਦੇ ਵਿੱਚ ਲੋਕ ਜਿਹੜੇ ਉਹਨਾਂ ਨੂੰ ਸਵਾਲ ਕਰ ਰਹੇ ਨੇ। ਕੀ ਮੰਗ ਕਰਦੇ ਹੋ ਤੁਸੀਂ ਵੀ ਜੇ ਸਰਕਾਰ ਨੇ ਨਹੀਂ ਪੂਰਾ ਕੀਤਾ ਤੁਸੀਂ? ਸਾਡੀ ਮੰਗ ਇਹ ਹੈ ਕਿ ਜਿਹੜੇ 2017 ਦੇ ਵਾਅਦੇ ਨੇ ਸਾਰੇ ਹੀ ਵਾਅਦੇ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪੂਰੇ ਕੀਤੇ ਜਾਣ, ਨਹੀਂ ਕਾਂਗਰਸ ਦਾ ਇਸ ਤੋਂ ਵੀ ਬੁਰਾ ਹਾਲ ਹੈ ਜਿਹੜਾ 2022 ਦੇ ਵਿੱਚ ਦੇਖਣ ਨੂੰ ਮਿਲੇਗਾ। ਸਰ, ਇਹ ਸਭ ਤੋਂ ਵੱਡਾ ਮੁੱਦਾ ਜਿਹੜਾ ਬੇਰੁਜ਼ਗਾਰੀ ਦਾ ਪਿੰਡ ਦੇ ਵਿੱਚ, ਸਾਡੇ ਘੱਟ ਤੋਂ ਘੱਟ 15 ਮਤਲਬ ਕਿ ਟੈਟ ਪਾਸ ਨੇ, ਉਹਨਾਂ ਨੂੰ ਕੋਈ ਮਤਲਬ ਸਰਕਾਰ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਅਤੇ ਅਸੀਂ ਘਰ ਘਰ ਨੌਕਰੀ ਦੀ ਉਹ ਕਰਾਂਗੇ, ਠੀਕ ਹੈ, ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ ਹਾਲ ਤੱਕ, ਅਤੇ ਅਸੀਂ ਪਾਸੋਂ ਮਤਲਬ ਕਿ ਕੇਬਲ ਢਿੱਲੋਂ ਜੀ ਆਏ ਅਤੇ ਉਹਨਾਂ ਦਾ ਵਿਰੋਧ ਕਰਨ ਦੇ ਵਿੱਚ, ਉਹਨਾਂ ਨੂੰ ਸਵਾਲ ਜਵਾਬ ਕਰਨ ਦੇ ਲਈ ਗਏ ਅਤੇ ਕਾਂਗਰਸੀ ਵਰਕਰਾਂ ਨੇ ਸਾਨੂੰ ਰੋਕ ਲਿਆ। ਉਸ ਦੇ ਬਾਅਦ 'ਚ ਜਦੋਂ ਉਹਨਾਂ ਦੀ ਸਪੀਚ ਚੱਲ ਰਹੀ ਸੀ, ਅਸੀਂ ਦੇਖਿਆ ਕਿ ਉਹਨਾਂ ਨੇ ਸਾਨੂੰ ਮਤਲਬ ਕਿ ਨਸ਼ੇੜੀ ਹੁੱਲੜਬਾਜ਼ ਕਹਿ ਕੇ, ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰ ਪੁੱਛਣ ਜਾ ਰਹੇ ਸੀਗੇ, ਹੁੱਲੜਬਾਜ਼ ਵੀ ਕਿਹਾ, ਉਹਨਾਂ ਨਸ਼ੇੜੀ ਕਿਹਾ। ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚੋਂ ਤਕਰੀਬਨ ਸਾਰਾ ਨਸ਼ਾ ਖਤਮ ਕਰ ਦਿੱਤਾ, ਪਰ ਦੂਜੇ ਪਾਸੇ ਇਹ ਨੌਜਵਾਨਾਂ ਨੂੰ ਮਤਲਬ ਕਿ ਨਸ਼ੇੜੀ ਅਤੇ ਹੁੱਲੜਬਾਜ਼ ਕਹਿ ਰਹੇ ਨੇ। ਆਪਣਾ ਕੈਪਟਨ ਸਾਹਿਬ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ, ਨਾ ਹੀ ਪਿੰਡਾਂ 'ਚ ਨਸ਼ਾ ਖਤਮ ਹੋਇਆ। ਬੇਰੁਜ਼ਗਾਰ ਨੌਜਵਾਨ ਨਸ਼ੇ ਸ਼ਿਕਾਰ ਹੋ ਕੇ ਲੁੱਟਾਂ ਖੋਹਾਂ ਕਰਦੇ ਨੇ। ਜਿਹੜੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਸਵਾਲ ਕਰਦੇ ਨੇ, ਉਹਨਾਂ ਨੂੰ ਇੱਕ ਨਸ਼ੇੜੀ ਗਿਰਦਾਨ ਕੇ ਉਹਨਾਂ ਨੂੰ ਗਲਤ ਰਸਤੇ ਪਾਇਆ ਜਾ ਰਿਹਾ। ਸਰਕਾਰ ਦਾ ਨਸ਼ੇ ਖਤਮ ਕਰਨ ਦਾ ਕੋਈ ਧਿਆਨ ਨਹੀਂ ਹੈਗਾ, ਜਿਵੇਂ ਪਹਿਲਾਂ ਸੀ ਐਵੇਂ ਚੱਲਦਾ। ਇਹ ਵੋਟ ਵਟੋਰ ਨੀਤੀਆਂ ਨੇ ਇਹਨਾਂ ਦੀਆਂ, ਮਤਲਬ ਨਸ਼ਾ ਪਿਛਲੇ 70 ਸਾਲਾਂ ਤੋਂ ਮਤਲਬ ਢਿੱਲੋਂ ਇੱਥੇ ਆਏ ਸੀ ਤੁਹਾਡੇ ਪਿੰਡ ਦੇ ਵਿੱਚ, ਤੁਸੀਂ ਵਿਰੋਧ ਵੀ ਕੀਤਾ, ਉਦੋਂ ਕੀ ਕਹਿਣਾ ਚਾਹੁੰਦੇ? ਅਸੀਂ ਢਿੱਲੋਂ ਸਾਹਿਬ ਨੂੰ ਸਵਾਲ ਪੁੱਛਣਾ ਚਾਹੁੰਦੇ ਸੀ, ਜਿਹੜੇ ਇੱਥੇ ਦੇ ਵਰਕਰ ਸੀ ਕਾਂਗਰਸ ਦੇ, ਉਹਨਾਂ ਨੇ ਸਾਨੂੰ ਮਤਲਬ ਸਵਾਲ ਨਹੀਂ ਕਰਨ ਦਿੱਤੇ। ਅਸੀਂ ਨਸ਼ੇ 'ਤੇ, ਬੇਰੁਜ਼ਗਾਰੀ 'ਤੇ, ਮੈਂ MA BEd ਵੀ ਹਾਂ, ਟੈਟ ਪਾਸ 2017। ਅਸੀਂ ਤੁਸੀਂ ਇਹ ਦੱਸੋ ਜੀ, ਅਸੀਂ ਇੰਨੇ ਨੇ ਪੜ੍ਹ ਲਏ 10-10 ਸਾਲ ਲਾ ਕੇ, ਸਾਨੂੰ ਜੇ ਨਹੀਂ ਮਤਲਬ ਟਾਈਮ 'ਤੇ ਰੁਜ਼ਗਾਰ ਮਿਲੂਗਾ, ਜਿਹੜੀ ਸਾਡੀ ਮਤਲਬ ਆਪਣੀ ਨੌਜਵਾਨ ਪੀੜ੍ਹੀ ਹੈ, ਉਹ ਰੁਜ਼ਗਾਰ ਨਾ ਮਿਲਣ ਕਾਰਨ ਉਹ ਭੜਕੂਗੀ, ਉਹ ਨਸ਼ੇ ਵੀ ਲੱਗੂਗੀ। ਇਹ ਸਰਕਾਰਾਂ ਨੂੰ ਚਾਹੀਦਾ ਵੀ ਨਸ਼ਿਆਂ 'ਤੇ ਕੋਈ ਠੋਸ ਆਪਣਾ ਕਦਮ ਬਣਾ ਚੁੱਕੇ ਨਸ਼ੇ ਖਤਮ ਕਰਨ ਵਾਸਤੇ। ਅਸੀਂ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦੇ ਹਾਂ ਵੀ ਜੇ ਸਰਕਾਰਾਂ ਤੋਂ ਮਤਲਬ ਨਹੀਂ ਨਸ਼ੇ ਬੰਦ ਹੁੰਦੇ ਤਾਂ ਝੂਠੀਆਂ ਸੌਹਾਂ ਖਾ ਕੇ ਆਪਣਾ ਗੁਟਕਾ ਸਾਹਿਬ ਦੀਆਂ ਲੋਕਾਂ ਨੂੰ ਗੁੰਮਰਾਹ ਨਾ ਕਰਨ। ਬਹੁਤ ਪੜ੍ਹ ਕੇ ਜਮੀ ਇਸ ਤੋਂ ਕੰਗਾਲ ਹੋ ਗਏ, ਇਹ ਮੁੰਡੇ 'ਤੇ ਲਾਤੇ ਸਾਰਾ ਕੁਛ। ਮੇਰੇ ਤਾਂ ਨਾ ਪੈਰਾਂ 'ਚ ਜੁੱਤੀ, ਨਾ ਮੇਰੇ ਤੇਰੇ ਕੱਪੜੇ ਮੇਰੇ ਪੁੱਛ 'ਚ, ਹੋਰ ਦੱਸ ਹੋਰ ਕੀ ਕਰੀਏ? ਮੈਂ ਤਾਂ ਰੋਟੀ ਵੀ ਨਹੀਂ ਸਾਇਸਾ, ਮੈਂ ਤਾਂ ਜੇ ਸਾਰਾ ਕੁਛ ਤਾਂ ਅਸੀਂ ਜਵਾਕਾਂ 'ਤੇ ਲਾਤਿਆ, ਕੀ ਕਰੀਏ ਹੁਣ? ਜਵਾਕਾਂ ਦਾ ਦੱਸ, ਉਹ ਸਰਕਾਰ ਨੂੰ ਪੁੱਛੋ ਵੀ ਅਸੀਂ ਹੁਣ ਕਿੱਧਰ ਜਾਈਏ, ਕਿੱਧਰ ਜਵਾਕ ਜਾਣਾ? ਹੈਂ, ਕਿਉਂਕਿ ਸਰਕਾਰ ਨੇ ਕਿਹਾ ਸੀ ਵੀ ਬੇਰੁਜ਼ਗਾਰ ਜਿਹੜੇ ਹੈਗੇ ਨੇ ਨੌਜਵਾਨ, ਉਹਨਾਂ ਨੂੰ ਨੌਕਰੀਆਂ ਦੇਵਾਂ। ਕੋਈ ਨੌਕਰੀਆਂ ਮਿਲੀਆਂ ਤੁਹਾਡੇ ਪਿੰਡ ਦੇ ਵਿੱਚ? ਹਾਂ, ਸਾਡੇ ਪਿੰਡ ਤਾਂ ਦੇਖਲਾ ਫਿਰਦੇ ਨੇ ਸਾਰੇ ਨੌਕਰੀ ਨਹੀਂ, ਕੋਈ ਵੀ ਨਹੀਂ ਵਿਚਾਰਿਆ ਫਿਰਦੇ ਨੇ, ਕੁੱਤਾਂ ਦੇ ਰਲੇ ਮਾਰਦੇ। ਕੀ ਮੰਗਦੇ ਤੁਸੀਂ, ਕੀ ਕਹਿੰਦੇ? ਅਸੀਂ ਤਾਂ ਚਾਹੁੰਦੇ ਵੀ ਬੱਚਿਆਂ ਨੂੰ ਨੌਕਰੀਆਂ ਮਿਲਣ, ਫਿਰਦੇ ਨੇ ਵਿਚਾਰੇ, ਪੜ੍ਹੇ ਲਿਖੇ ਨੇ, ਹੋਰ ਹੈ ਹੋਰ ਸਾਨੂੰ ਕੋਈ ਨਹੀਂ, ਦੇਖ ਕਿਵੇਂ ਫਿਰਦੇ ਨੇ ਵਿਚਾਰੇ, ਕਿੰਨਾ ਕਿੰਨਾ ਪੜ੍ਹ ਕੇ। ਮੈਂ ਇੱਕ ਬੇਰੁਜ਼ਗਾਰ ਟੈਟ ਪਾਸ ਨੌਜਵਾਨ ਹਾਂ, ਅਤੇ ਕੈਪਟਨ ਸਾਹਿਬ ਨੇ ਬਹੁਤ ਵਾਅਦੇ ਕੀਤੇ ਸੀਗੇ ਕੁਰਾਨ ਦੀਆਂ ਝੂਠੀਆਂ ਸੌਹਾਂ ਖਾ ਕੇ ਕਿ ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇਵਾਂਗੇ 2500 ਰੁਪਇਆ, ਅਤੇ ਅਜੇ ਤੱਕ ਨਾ ਤਾਂ ਕੋਈ ਸਾਨੂੰ ਰੁਜ਼ਗਾਰ ਮਿਲਿਆ। ਅਤੇ ਇਸ ਪਿੰਡ ਦੇ ਵਿੱਚ ਘੱਟੋ ਘੱਟ 15-20 ਮੁੰਡੇ ਕੁੜੀਆਂ ਨੇ ਜਿਹੜੀਆਂ ਟੈਟ ਪਾਸ ਨੇ, ਅਤੇ ਉਹਨਾਂ ਨੂੰ ਅਜੇ ਤੱਕ ਕੋਈ ਰੁਜ਼ਗਾਰ ਨਹੀਂ ਮਿਲਿਆ ਹੈਗਾ। ਇਸ ਕਰਕੇ ਅਸੀਂ ਸਾਰੇ ਕਾਂਗਰਸ ਦਾ ਇਸ ਲੋਕ ਸਭਾ ਚੋਣਾਂ ਦੇ ਵਿੱਚ ਬਾਈਕਾਟ ਕਰਦੇ ਹਾਂ। ਇਹ ਸਾਰੇ ਪਿੰਡ 'ਚ ਪੋਸਟਰ ਲਾਏ ਹੋਏ ਨੇ ਜੀ, ਸਾਰੇ ਪਿੰਡ ਦੇ ਵਿੱਚ ਹੀ ਪੋਸਟਰ ਲਾਏ ਹੋਏ ਨੇ ਟੈਟ ਪਾਸ ਬੇਰੁਜ਼ਗਾਰ ਦੇ।